ਸਰ ਡਿਪਟੀ ਸਾਹਿਬ ਦੇ ਦਫ਼ਤਰ ਸੀ ਭਾਈ, ਤੁਸੀਂ ਪੜ੍ਹ ਗਿਆ ਡਿਪਟੀ ਸਾਹਿਬ ਇੱਥੇ ਮਾਲ ਵੀ ਗਿਆ, ਟਰੱਕ ਹੈਗਾ ਅਤੇ ਉਸਦੇ ਨਾਲ ਬੈਠਾ ਵਿਅਕਤੀ ਹਰਵੰਤ ਸਿੰਘ, ਜਿਹਨੂੰ ਮੌਕੇ 'ਤੇ ਗ੍ਰਿਫਤਾਰ ਕਰਕੇ 3 ਕੁਇੰਟਲ 40 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ ਹੈ। ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਇਹਨਾਂ ਦਾ ਪੁੱਛਗਿੱਛ ਕੀਤੀ ਜਾਊਗੀ ਤਾਂ ਕਿ ਇਹ ਮਾਲ ਕਿੱਥੇ ਜਾ ਕੇ ਇਹਨਾਂ ਨੇ ਸਪਲਾਈ ਕਰਨਾ ਸੀ। ਅਤੇ ਕਿੱਥੋਂ ਲੈ ਕੇ ਆਏ ਸਰ ਇਹ ਸਮਾਨ? ਇਹ MP ਤੋਂ ਲੈ ਕੇ ਆਏ ਸੀ ਅਤੇ ਮਾਨਸਾ ਸਾਈਡ ਲੈ ਕੇ ਜਾਣਾ ਸੀ ਇਹਨਾਂ ਨੇ। ਇਹਨਾਂ ਨੇ ਹਜੇ ਤੱਕ ਦੱਸਿਆ ਵੀ ਪਹਿਲਾਂ ਵੀ ਇਹ ਕੰਮ ਕਰ ਰਹੇ ਕਿੰਨੀ ਦੇਰ ਤੋਂ? ਉਸ ਸੰਬੰਧੀ ਅਸੀਂ ਇਹਨਾਂ ਦੇ ਕੰਸਰਨ ਥਾਣੇ ਨੂੰ ਰਿਕਾਰਡ ਮੰਗਾ ਰਹੇ ਹਾਂ ਵੀ ਇਹਨਾਂ 'ਤੇ ਪਹਿਲਾਂ ਵੀ ਕਿਸੇ ਤਰ੍ਹਾਂ ਦਾ ਕੋਈ ਪਰਚਾ ਹੈ, ਜੋ ਹੈ ਤਾਂ ਉਹਨਾਂ ਪਰਚਿਆਂ ਦੀ ਵੀ ਨਾਲ ਸਾਰੀ FIR ਨਾਲ ਨੱਥੀ ਕਰਕੇ ਪੇਸ਼ ਕੀਤਾ ਜਾਊਗਾ। ਕਿੰਨੇ ਮੁਜਰਮ ਫੜੇ ਗਏ ਨੇ ਜੀ? ਇੱਕ ਮੁਲਜ਼ਮ ਫੜਿਆ ਗਿਆ, ਇੱਕ ਮੌਕੇ ਤੋਂ ਫਰਾਰ ਹੋ ਗਿਆ ਡਰਾਈਵਰ। ਗੱਡੀ ਦਾ ਮਾਲਕ ਸੀਗਾ ਜਾਂ ਡਰਾਈਵਰ ਸੀ? ਨਹੀਂ, ਡਰਾਈਵਰ ਸੀਗਾ। ਨਾਮ ਕੀ ਹੈ ਜੀ ਮੁਜਰਮ ਦੇ? ਇਹਨਾਂ ਦਾ ਇੱਕ ਦਾ ਨਾਮ ਸਰਬਜੀਤ ਸਿੰਘ ਉਰਫ ਗੋਰਾ, ਦੂਜਾ ਹਰਵੰਤ ਸਿੰਘ। ਹਰਵੰਤ ਸਿੰਘ ਫਰਾਰ ਹੈ? ਨਹੀਂ, ਹਰਵੰਤ ਸਿੰਘ ਅਰੈਸਟ ਆ, ਸਰਬਜੀਤ ਮੌਕੇ ਤੋਂ ਫਰਾਰ ਹੋ ਗਿਆ।